ਵੱਡਾ ਅਪਡੇਟ ਪੰਜਾਬ ਸਰਕਾਰ ਨੇ ਕਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਕੂਲ ਖੋਲਣ ਦਾ ਫੈਸਲਾ ਲਿਆ ਕਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਗਾਈਡਲਾਈਨ ਜਾਰੀ ਕੀਤੀ ਗਈ ਹੈ 26 ਜੁਲਾਈ ਤੋਂ ਸਕੂਲ ਖੁੱਲਣ ਜਾ ਰਹੇ ਨੇ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਜਿਹੜੇ ਨੇ ਉਹ ਸਕੂਲ ਜਾ ਸਕਣਗੇ ਤੇ ਜੇ ਇਸੇ ਤਰ੍ਹਾਂ ਹਾਲਾਤ ਕਾਬੂ 'ਚ ਰਹੇ ਹਾਲਾਤ ਠੀਕ ਰਹੇ ਤਾਂ 2 ਅਗਸਤ ਤੋਂ ਬਾਕੀ ਦੀਆਂ ਜਮਾਤਾਂ ਵੀ ਜਿਹੜੇ ਨੇ ਸਟੂਡੈਂਟਸ ਨੇ ਬਾਕੀ ਜਮਾਤਾਂ ਦੇ ਜਿਹੜੇ ਵਿਦਿਆਰਥੀ ਹੋਣਗੇ ਉਹ ਵੀ ਸਕੂਲ ਜਾ ਸਕਣਗੇ ਵੱਡਾ ਅਪਡੇਟ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਇੱਥੇ ਦੱਸ ਦੇਣਾ ਲਾਜ਼ਮੀ ਹੈ ਕਿ ਮਾਪੇ ਜਿਹੜੇ ਨੇ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਦੇ ਕੰਸੈਂਟ ਦੇ ਨਾਲ ਹੀ ਬੱਚੇ ਸਕੂਲ ਆ ਸਕਣਗੇ ਜੇਕਰ ਮਾਪੇ ਫੋਨ ਤੇ ਸਾਈਨ ਕਰਦੇ ਨੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੇ ਬੱਚਿਆਂ ਨੂੰ ਸਕੂਲ ਭੇਜ ਰਹੇ ਆ ਤਾਂ ਬੱਚੇ ਸਕੂਲ ਆ ਸਕਦੇ ਨੇ ਤਾਂ ਮਾਪਿਆਂ ਦਾ ਕੰਸੈਂਟ ਇੱਕ ਵਾਰ ਫੇਰ ਤੋਂ ਜ਼ਰੂਰੀ ਮਾਪਿਆਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਵੱਡਾ ਅਪਡੇਟ ਹੈ ਬੱਚੇ ਲੰਬੇ ਸਮੇਂ ਤੋਂ ਘਰੇ ਬੈਠੇ ਹੋਏ ਨੇ ਪੜ੍ਹਾਈ ਸਿੱਖਿਆ ਦੀ ਗੱਲ ਜੇਕਰ ਕੀਤੀ ਜਾਏ ਤਾਂ ਵੱਡਾ ਨੁਕਸਾਨ ਹੋਇਆ ਬੱਚਿਆਂ ਦਾ ਮਾਪਿਆਂ ਦਾ ਅਕਸਰ ਇਹ ਕਹਿਣਾ ਰਹਿੰਦਾ ਹੈ ਕਿ ਸਕੂਲ ਦੀਆਂ ਫੀਸਾਂ ਲਈਆਂ ਜਾ ਰਹੀਆਂ ਨੇ ਐਡਮਿਸ਼ਨ ਫੀਸ ਚਾਰਜ ਕੀਤੀ ਜਾ ਰਹੀ ਹੈ ਐਕਸਟਰਾ ਚਾਰजेस ਵੀ ਲਈ ਜਾ ਰਹੇ ਨੇ ਪਰ ਜਿਹੜੀ ਪੜ੍ਹਾਈ ਹੈ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਡਿੱਗਦਾ ਜਾ ਰਿਹਾ ਤਾਂ ਵੱਡੀ ਸ਼ਿਕਾਇਤ ਕੀਤੀ ਗਈ ਸੀ ਮਾਪਿਆਂ ਦੇ ਵੱਲੋਂ ਕਿ ਸਕੂਲ ਕਦੋਂ ਖੋਲੇ ਜਾਣਗੇ ਬੱਚਿਆਂ ਦਾ ਘਰ ਬੈਠ ਕੇ ਨੁਕਸਾਨ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਕਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਕੂਲ ਬੰਦ ਰੱਖਣ ਦੀ ਹਿਦਾਇਤ ਦਿੱਤੀ ਸੀ ਤੇ ਸਭ ਤੋਂ ਆਖਰ ਦੇ ਵਿੱਚ ਪੰਜਾਬ ਦੇ ਵਿੱਚ ਸਕੂਲ ਖੁੱਲ ਰਹੇ ਨੇ ਇਸ ਤੋਂ ਪਹਿਲਾਂ ਸਭ ਕੁਝ ਖੁੱਲ ਚੁੱਕਾ ਹੈ ਬਹੁਤ ਖੁੱਲ ਚੁੱਕੇ ਨੇ ਕਾਲਜਸ ਯੂਨੀਵਰਸਿਟੀਆਂ ਨੂੰ ਲੈ ਕੇ ਵੀ ਵੱਡੇ ਅਪਡੇਟਸ ਆ ਗਏ ਸਨ ਪਰ ਸਕੂਲ ਨਹੀਂ ਖੋਲੇ ਗਏ ਸੀਗੇ ਜਨਤਕ ਥਾਵਾਂ ਤੇ ਪਬਲਿਕ ਪਲੇਸਸ ਤੇ ਵੀ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਪਰ ਸਕੂਲਸ ਬੰਦ ਰੱਖਣ ਦੀ ਹਿਦਾਇਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ ਪਰ ਅੱਜ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਨੇ 26 ਤਰੀਕ ਤੋਂ ਯਾਨੀ ਕਿ 26 ਜੁਲਾਈ ਤੋਂ ਸਕੂਲ ਖੋਲੇ ਜਾਣਗੇ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ ਆਉਣਗੇ ਤੇ ਜੇਕਰ ਹਾਲਾਤ ਠੀਕ ਰਹੇ ਇਸੇ ਤਰ੍ਹਾਂ ਕੰਟਰੋਲ ਰਿਹਾ ਕਰੋਨਾ ਨੂੰ ਲੈ ਕੇ ਮਰੀਜ਼ਾਂ ਦੀ ਗਿਣਤੀ ਦਾ ਕੰਟਰੋਲ ਰਿਹਾ ਹਾਲਾਤਾਂ ਦਾ ਕੰਟਰੋਲ ਰਿਹਾ ਤਾਂ 2 ਅਗਸਤ ਤੋਂ ਬਾਕੀ ਦੀਆਂ ਜਮਾਤਾਂ ਬਾਕੀ ਦੇ ਵਿਦਿਆਰਥੀ ਜਿਹੜੇ ਨੇ ਯਾਨੀ ਕਿ ਨਰਸਰੀ ਤੋਂ ਲੈ ਕੇ 9ਵੀਂ ਤੱਕ ਦੇ ਵਿਦਿਆਰਥੀ ਵੀ ਸਕੂਲ ਆ ਸਕਣਗੇ ਤਾਂ ਇਸ ਤੋਂ ਲੈ ਕੇ ਪੰਜਾਬ ਸਰਕਾਰ ਫਿਰ ਤੋਂ ਨਵੀਂ ਗਾਈਡਲਾਈਨ ਜਾਰੀ ਕਰੇਗੀ 2 ਅਗਸਤ ਦੇ ਅਪਡੇਟ ਨੂੰ ਲੈ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਜਾਏਗਾ ਪਰ ਵੱਡਾ ਅਪਡੇਟ ਹੈ ਕਿ 26 ਜੁਲਾਈ ਤੋਂ ਸਕੂਲ ਖੁੱਲਣ ਜਾ ਰਹੇ ਨੇ ਪੰਜਾਬ ਦੇ ਵਿੱਚ ਸਕੂਲ ਖੁੱਲਣ ਜਾ ਰਹੇ ਨੇ ਲੰਮੇ ਸਮੇਂ ਤੋਂ ਉਡੀਕ ਮਾਪਿਆਂ ਵੱਲੋਂ ਕੀਤੀ ਜਾ ਰਹੀ ਸੀ ਇੱਥੇ ਇਹ ਵੀ ਦੱਸ ਦੇਣਾ ਲਾਜ਼ਮੀ ਹੈ ਕਿ ਜਿਹੜੇ ਕਰੋਨਾ ਵੈਕਸੀਨ ਲੱਗੇ ਹੋਣ ਵਾਲੇ ਅਧਿਆਪਕ ਨੇ ਜਿਹੜਾ ਸਟਾਫ ਹੈ ਉਹੀ ਸਕੂਲ ਆ ਸਕੇਗਾ ਯਾਨੀ ਕਿ ਸਟਾਫ ਦੇ ਲਈ ਵੈਕਸੀਨ ਲਾਜ਼ਮੀ ਕਰ ਦਿੱਤੀ ਗਈ ਹੈ ਬਿਨਾਂ ਵੈਕਸੀਨ ਲਗਵਾਏ ਸਟਾਫ ਸਕੂਲ ਦੇ ਵਿੱਚ ਨਹੀਂ ਆ ਸਕਦਾ ਤੇ ਵੱਡਾ ਅਪਡੇਟ ਇਹ ਵੀ ਹੈ ਕਿ ਹੁਣ ਵਿਆਹ ਸ਼ਾਦੀ ਭੋਗ ਸੰਸਕਾਰ ਅਤੇ ਇਨਡੋਰ ਸਮਾਗਮਾਂ ਤੇ 150 ਦਾ ਇਕੱਠ ਹੋ ਸਕਦਾ ਹੈ ਤੇ ਜੇਕਰ ਆਊਟਡੋਰ ਸਮਾਗਮਾਂ ਦੀ ਗੱਲ ਕੀਤੀ ਜਾਏ ਤਾਂ ਇਕੱਠ 300 ਤੱਕ ਦਾ ਹੋ ਚੁੱਕਾ ਹੈ ਪਹਿਲਾਂ ਪਾਬੰਦੀਆਂ ਕਾਫੀ ਸੀਗੀਆਂ ਪਹਿਲਾਂ 10 20 ਫਿਰ 50 ਤੇ ਹੁਣ ਇਕੱਠ ਤੇ ਜਿਹੜੀ ਪਾਬੰਦੀ ਹੌਲੀ ਹੌਲੀ ਹਟਾਈ ਜਾ ਰਹੀ ਹੈ ਇਨਡੋਰ ਐਕਟੀਵਿਟੀ ਇਨਡੋਰ ਇਕੱਠ ਜਿਹੜਾ ਹੁੰਦਾ ਜਾਂ ਕਹਿ ਲਓ ਸਮਾਗਮ ਹੁੰਦਾ ਹੈ ਵਿਆਹ ਸਮਾਗਮ ਹੁੰਦਾ ਹੈ ਭੋਗ ਦਾ ਸਮਾਗਮ ਹੁੰਦਾ ਹੈ ਤਾਂ ਇਹਨਾਂ ਸਮਾਗਮਾਂ ਤੇ ਇਨਡੋਰ ਇਕੱਠ ਤੇ 150 ਦੀ ਲਿਮਿਟ ਦਿੱਤੀ ਗਈ ਹੈ ਤੇ ਆਊਟਡੋਰ ਇਕੱਠ ਤੇ 300 ਦੀ ਲਿਮਿਟ ਦਿੱਤੀ ਗਈ ਹੈ ਤੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਅਸੀਂ ਸਕਰੀਨਸ ਤੇ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਰਵਾਂਗੇ ਇਹ ਜ਼ਰੂਰੀ ਜਾਣਕਾਰੀ ਅਸੀਂ ਗ੍ਰਾਫਿਕਸ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਸਕੂਲ ਖੋਲੇ ਜਾ ਰਹੇ ਨੇ ਮਾਪਿਆਂ ਦੇ ਲਈ ਇਹ ਰਾਹਤ ਵਾਲੀ ਗੱਲ ਹੈ ਕਿਉਂਕਿ ਲੰਬੇ ਸਮੇਂ ਤੋਂ ਛੋਟੇ ਜਿਹੜੇ ਬੱਚੇ ਨੇ ਛੋਟੀਆਂ ਜਮਾਤਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪੇ ਹੀ ਸਕੂਲ ਦਾ ਹੋਮਵਰਕ ਕਰਦੇ ਨਜ਼ਰ ਆ ਰਹੇ ਸਨ ਮਾਪੇ ਵੱਲੋਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਸੀਗੀਆਂ ਕਿ ਸਕੂਲ ਜਲਦ ਖੋਲੇ ਜਾਣ ਬੱਚਿਆਂ ਦੀ ਪੜ੍ਹਾਈ ਦਾ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ 1 ਸਾਲ ਬੱਚਿਆਂ ਦਾ ਬਰਬਾਦ ਹੋ ਚੁੱਕਾ ਹੈ ਤੇ ਹੁਣ ਮਾਪਿਆਂ ਦੇ ਲਈ ਜ਼ਰੂਰ ਇਹ ਚੰਗੀ ਖਬਰ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਇਹ ਖਬਰ ਸੁਣ ਕੇ ਬੱਚੇ ਬਹੁਤੇ ਖੁਸ਼ ਨਾ ਹੋਣ ਪਰ ਆਖਰਕਾਰ ਸਭ ਤੋਂ ਲੰਮੀ ਛੁੱਟੀ ਮਨਾਉਣ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਬੱਚਿਆਂ ਨੇ ਬ੍ਰੇਕ ਲਈਏ ਸਕੂਲ ਨਹੀਂ ਗਏ ਬੱਚੇ ਆਖਰਕਾਰ ਸਕੂਲ ਖੋਲਣ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਲੈ ਲਿਆ ਗਿਆ ਹੈ ਜਦੋਂ ਕਰੋਨਾ ਦੀ ਸਥਿਤੀ ਥੋੜੀ ਠੀਕ ਹੋ ਰਹੀ ਸੀ ਉਦੋਂ ਵੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਸਕੂਲ ਖੋਲਣ ਦਾ ਘੱਟ ਗਿਣਤੀ ਦੇ ਵਿੱਚ ਬੱਚੇ ਸਕੂਲ ਬੁਲਾਏ ਜਾ ਰਹੇ ਸੀ ਰੋਟੇਸ਼ਨ ਵਾਈਜ਼ ਪਰ ਉਸ ਤੋਂ ਬਾਅਦ ਫਿਰ ਤੋਂ ਮਾਮਲੇ ਵਧਨੇ ਸ਼ੁਰੂ ਹੋ ਗਏ ਜਿਸ ਕਰਕੇ ਸਕੂਲਾਂ ਨੂੰ ਮੁੜ ਤੋਂ ਬੰਦ ਕਰਨਾ ਪਿਆ ਪਰ ਵੱਡਾ ਫੈਸਲਾ 26 ਜੁਲਾਈ ਤੋਂ ਸਕੂਲ ਖੋਲਣ ਦਾ ਨਵਾਂ ਜਿਹੜਾ ਅਪਡੇਟ ਨਵੀਂ ਹਦਾਇਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ 10ਵੀਂ 11ਵੀਂ ਅਤੇ 12ਵੀਂ ਦੇ ਜਿਹੜੇ ਵਿਦਿਆਰਥੀ ਨੇ ਉਹ ਸਕੂਲ ਜਾਣਗੇ ਤੇ ਜੇਕਰ ਹਾਲਾਤ ਠੀਕ ਰਹੇ ਸਹੀ ਰਹੇ ਤਾਂ ਬਾਕੀ ਦੀਆਂ ਕਲਾਸਾਂ 2 ਅਗਸਤ ਤੋਂ ਸ਼ੁਰੂ ਹੋਣਗੀਆਂ
26 जुलाई तो स्कूल खुलन जा रहे ने, 10वीं 11वीं ते 12वीं जमात दे विद्यार्थी जड़े ने ओ स्कूल जा सकणगे। ते जे इसे तरह हालात काबू च रहे, हालात ठीक रहे, ता 2 अगस्त तो बाकी दियां जमातां भी जेड़े ने स्टूडेंट्स ने बाकी जमाता दे जेड़े विद्यार्थी होणगे ओ भी स्कूल जा सकणगे। वड्डा अपडेट है, पर इस दे नाल नाल ए भी इत्थे दस देना लाजमी है कि मापे जेड़े ने, जेड़े बच्चियां दे मापे ने, उहनां दे कंसेंट दे नाल ही बच्चे स्कूल आ सकणगे। जेकर मापे फॉर्म ते साइन करदे ने कि असीं अपनी जिम्मेवारी ते बच्चियां नूं स्कूल भेज रहे हां, तां बच्चे स्कूल आ सकदे ने, तां मापिआं दा कंसेंट इक वार फिर तो जरूरी, मापिआं दी सहमति होणी चाहीदी है। वड्डा अपडेट है, बच्चे लंबे समय तो घरे बैठे हुए ने, पढ़ाई सिक्ख्या दी गल जेकर कीती जाए तां वड्डा नुकसान होया बच्चियां दा। मापिआं दा अक्सर इह कहिणा रहिंदा है कि स्कूल दीआं फीसां लईआं जा रहीआं ने, एडमिशन फीस चार्ज कीती जा रही है, एक्सट्रा चार्जेस भी लई जा रहे ने, पर जिहड़ी पढ़ाई है, जिहड़ा सिक्ख्या दा पद्धर है, उह डिगदा जा रिहा है। तां वड्डी शिकायत कीती गई सी मापिआं दे वल्लों कि स्कूल कदों खोले जाणगे, बच्चिआं दा घर बैठ के नुकसान हो रिहा है। पर पंजाब सरकार ने कोरोना दे हालातां नूं देखदिआं होइआं स्कूल बंद रखने की हिदायत दी सी। ते सब तो आखिर दे विच पंजाब दे विच स्कूल खुल रहे ने, इस तो पहला सब कुछ खुल चुका है, बॉल्स खुल चुके ने, कॉलेजेस यूनिवर्सिटीज नू लेके भी वड्डे अपडेट्स आ गए सन, पर स्कूल नहीं खोले गए सीगे। जनतक थावां ते पब्लिक प्लेसेस ते भी कट होना शुरू हो गया सी, पर स्कूल्स बंद रखने की हिदायत पंजाब सरकार वालों दी गई सी। पर अज नवीं गाइडलाइंस जारी हुई ने, 26 तरीक तो यानी कि 26 जुलाई तो स्कूल खोले जाएंगे, 10वीं 11वीं ते 12वीं जमात के विद्यार्थी स्कूल आएंगे। ते जेकर हालात ठीक रहे, इसे तरह कंट्रोल रहा कोरोना नूं लेके, मरीजां दी गिनती दा कंट्रोल रहा, हालातां दा कंट्रोल रहा, ते 2 अगस्त तो बाकी दी जमातां, बाकी दी विद्यार्थी जिहड़े ने यानी कि नर्सरी तो लेके 9वीं तक दे विद्यार्थी भी स्कूल आ सकणगे, तां इस तों लेके पंजाब सरकार फिर तो नवीं गाइडलाइन जारी करेगी। 2 अगस्त दे अपडेट नूं लेके हालातां दा जायजा लैण तों बाद फैसला लिया जाएगा। पर वड्डा अपडेट है कि 26 जुलाई तो स्कूल खुलन जा रहे ने, पंजाब दे विच स्कूल खुलन जा रहे ने। लंबे समय तो उडीक मापिआं वल्लों कीती जा रही सी। इत्थे इह वी दस देना लाजमी है कि जिहड़े कोरोना वैक्सीन लगे होण वाले अध्यापक ने, जिहड़ा स्टाफ है उह ही स्कूल आ सकेगा, यानी कि स्टाफ दे लई वैक्सीन लाजमी कर दित्ती गई है, बिना वैक्सीन लगवाए स्टाफ स्कूल दे विच नहीं आ सकदा। ते वड्डा अपडेट इह वी है कि हुण ब्याह शादी भोग संस्कार अते इनडोर समागमां ते 150 दा इकट्ठ हो सकदा है, ते जेकर आउटडोर समागमां दी गल कीती जाए ਤਾਂ ਇਕੱਠ 300 ਤੱਕ ਦਾ ਹੋ ਚੁੱਕਾ ਹੈ। ਪਹਿਲਾਂ ਪਾਬੰਦੀਆਂ ਕਾਫੀ ਸੀਗੀਆਂ, ਪਹਿਲਾਂ 10-20 ਫਿਰ 50 ਤੇ ਹੁਣ ਇਕੱਠ ਤੇ ਜਿਹੜੀ ਪਾਬੰਦੀ ਹੌਲੀ ਹੌਲੀ ਹਟਾਈ ਜਾ ਰਹੀ ਹੈ। ਇਨਡੋਰ ਐਕਟੀਵਿਟੀ, ਇਨਡੋਰ ਇਕੱਠ ਜਿਹੜਾ ਹੁੰਦਾ ਜਾਂ ਕਹਿ ਲਓ ਸਮਾਗਮ ਹੁੰਦਾ, ਵਿਆਹ ਸਮਾਗਮ ਹੁੰਦਾ, ਭੋਗ ਦਾ ਸਮਾਗਮ ਹੁੰਦਾ, ਤਾਂ ਇਹਨਾਂ ਸਮਾਗਮਾਂ ਤੇ ਇਨਡੋਰ ਇਕੱਠ ਤੇ 150 ਦੀ ਲਿਮਿਟ ਦਿੱਤੀ ਗਈ ਹੈ ਤੇ ਆਊਟਡੋਰ ਇਕੱਠ ਤੇ 300 ਦੀ ਲਿਮਿਟ ਦਿੱਤੀ ਗਈ ਹੈ। ਤੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ, ਅਸੀਂ ਸਕਰੀਨਸ ਤੇ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਰਵਾਂਗੇ। ਇਹ ਜ਼ਰੂਰੀ ਜਾਣਕਾਰੀ ਅਸੀਂ ਗ੍ਰਾਫਿਕਸ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕੋਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ। ਇਹ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ, ਸਕੂਲ ਖੋਲੇ